किसानां दी अज केंद्र नाल हुई 11वें गेड़ की बैठक बेसिट्टा तो रही ही, पर अज केंद्र दे मंत्रियों का रवैया भी किसानां दे नाल बहुत ही माड़ा रहा। जिथे अज किसानां नाल पहला अद्धे घंटे की बैठक की गई, उस तो बाद लंच शुरू होया अते बाद विच कई घंटे किसानां नूं इंतजार करना पिया अते मंत्रियों की वापसी तो बाद उन्होंने यह साफ कर दिता कि उन्होंने कोल हुण कोई भी प्रस्ताव किसानां नूं देण लई नहीं बचता अते ना ही इस बार किसानां नूं अगली बैठक दे लई केंद्र ने कोई तरीक दिती है। बाहर आके किसान आगुआं दा की कहना, आओ तुहानूं सुणाउने आ। केंद्र सरकार दे पाले जी आ, क्योंकि कानून तो केंद्र सरकार ने रद्द करने आ, जो केंद्र सरकार बुलाएगी असीं आवांगे, नहीं तो कोई गल नहीं। साडा अंदरूनी चलदा आगुआं नूं जिहड़ी धमकी दित्ती जा रही है उस मसले ते भी खुल के अंदर चर्चा रही है। हाँ बिल्कुल, वो सरकार ने गल नूं टालना चाहिया, उस गल नूं उन्होंने कहा जी इदां दीआं कोई भी शरारती आंसर कर सकदे आ, वह साडीआं सरकार दे गल कर सकदे, असीं उन्हां नूं कहा वी तुहाडे सरकार दे बंदे ने, वह गल इदां ही विच गोलमोल जी रही है। सरकार ने तां साफ तौर ते कहा है कि उन्हें भी चर्चा हुई, उन्हें भी हुई, उन्हां नूं कहा वी तुसीं देखो इदां ना करो, तुसीं बाकी स्टेटां लोग आ रहे हैं उन्होंने तुम जी अरैसट कर रहे हो, यह गल गलत है। सरकार की सरकार अपना दबाव बनाना चाहती है, इस अंदोलन से कमजोर करना चाहती है, पर यह कमजोर नहीं होगा, अंदोलन अगे बढ़ेगा। अगे भी होया एक बार डेडलॉक, सरकार ने जी लैटर कढ़ी सी, हुण भी सरकार कढ़ देगी, आप आ जाएंगे दोबारा। छब्बी तरीक दे बिल्कुल ध्यान रहेगा, 26 तरीक असीं बिल्कुल अपनी जिहड़ी फुल तैयारी करांगे, तैयारी करके आवांगे। जिट आ रही जी सरकार दी नीयत अज बिल्कुल साफ हो गई, ਜਿਹੜੀ ਕਿ ਨਾ ਹੁਣ ਤੱਕ ਲੱਗਦਾ ਸੀ ਵੀ ਇੱਕ ਇੱਦਾਂ ਹੀ ਰਹਿੰਦੀ ਸੀ, ਕੀ ਲੱਗਦਾ ਕਿ ਆਪਾਂ ਨੂੰ ਇਹ ਰਹਿੰਦਾ ਸੀ ਮਾੜਾ ਮੋਟਾ ਵੀ ਚਲੋ ਕੁਛ ਦੇ ਕੇ ਰਾਜੀ ਨੇ, ਹੁਣ ਇਹ ਗੱਲ ਸਾਫ਼ ਹੋ ਗਈ ਵੀ ਇਹ ਦੇਣ ਲੈਣ ਦੇ ਕੁਛ ਨਹੀਂ, ਗੱਲਾਂ ਬਾਤਾਂ ਹੀ ਨੇ, ਗੱਲਾਂ ਬਾਤਾਂ ਹੀ ਸੀ। ਹੁਣ ਤੱਕ ਵੀ ਇਹਨਾਂ ਨੂੰ ਇਹ ਆਸ ਵੀ ਐਜੀਟੇਸ਼ਨ ਕੋਈ ਉੱਥੇ ਗੜਬੜੋ ਜੂ ਤਾਂ ਟੁੱਟ ਜੂ, ਜਾਂ ਲੋਕ ਇਹ ਆਪ 'ਚ ਕੋਈ ਇਹਨਾਂ ਦਾ ਫਰਕ ਪੈ ਜੂਗਾ ਜਥੇਬੰਦੀਆਂ ਦਾ, ਫਿਰ ਟੁੱਟ ਜੂਗਾ। ਪਰ ਉਹ ਸਰਕਾਰ ਦੀ ਉਹ ਮਨਸ਼ਾ ਤਾਂ ਪੂਰੀ ਨਹੀਂ ਹੋਈ, ਪਰ ਅੱਜ ਇਹਦੀ ਨੀਤ ਜਮ੍ਹਾਂ ਕਲੀਅਰ ਆ ਵੀ ਆਮ ਲੋਕਾਂ ਨੂੰ ਦੇਣ ਲੈਣ ਦੇ ਕੁਛ ਨਹੀਂ, ਇਹ ਸਿਰਫ ਕਾਰਪੋਰੇਟ ਘਰਾਣੇ ਦੀ ਸਰਕਾਰ ਆ। ਫਿਰ ਅਗਲਾ ਫੈਸਲਾ ਕਿਹੋ ਜਿਹਾ, ਅਗਲਾ ਟਾਈਮ ਨਹੀਂ ਮਿਲਿਆ, ਕੋਈ ਮੀਟਿੰਗ ਦਾ ਸਮਾਂ ਵੀ ਨਹੀਂ ਹੈ। ਹਾਂ ਕੋਈ ਗੱਲ ਨਹੀਂ ਸਰਕਾਰ, ਫਿਰ ਜੇ ਬੁਲਾਓਗੇ ਆਓਗੇ ਫਿਰ ਬੁਲਾਓਗੇ? ਨਹੀਂ ਅਸੀਂ ਹੁਣ ਪੂਰੀ ਮੀਟਿੰਗ ਇਹ ਕਰਾਂਗੇ ਵੀ ਬਾਰ ਬਾਰ ਗੇੜੇ ਨਹੀਂ ਮਾਰਾਂਗੇ, ਸਪਸ਼ਟ ਕੋਈ ਗੱਲਬਾਤ ਕਰਾਂਗੇ। 11ਵਾਂ ਗੇੜਾ ਸੀ, 11ਵੇਂ ਗੇੜੇ 'ਚ ਤੁਸੀਂ ਉਸੇ ਤਰ੍ਹਾਂ ਹੀ ਖਾਲੀ ਹੱਥੀ ਵਾਪਸ ਜਾ ਰਹੇ ਹੋ 11ਵਾਂ ਗੇੜਾ ਵਾ। ਆਮ ਲੋਕਾਂ ਦੀ ਇਹ ਸਰਕਾਰ ਨਹੀਂ, ਇਹ ਕਾਰਪੋਰੇਟ ਘਰਾਣੇ ਦੀ ਸਰਕਾਰ ਆ, ਉਹਨਾਂ ਲਈ ਉਹ ਕੰਮ ਕਰਦੀ ਆ, ਵੋਟਾਂ ਵੇਲੇ ਸਾਡੇ ਨਾਲ ਇਹ ਗੱਲਾਂ ਕਰਦੀ, ਉਸ ਤੋਂ ਬਾਅਦ ਕੋਈ ਸਾਡੇ ਨਾਲ ਹਮਦਰਦੀ ਨਹੀਂ ਰਹਿੰਦੀ ਇਹਨਾਂ ਨੂੰ। ਇਹ ਦੇਖੋ ਇਹ ਸਾਰਿਆਂ ਦੀ ਮੀਟਿੰਗ ਹੋਊਗੀ, ਫਿਰ ਹੋਏਗਾ। ਪੁਲਿਸ ਨਾਲ ਸਰ ਹੋ ਰਹੀ ਹੈ, ਦਿੱਲੀ ਪੁਲਿਸ ਨਾਲ ਮੀਟਿੰਗ ਹੋ ਰਹੀ ਹੈ ਤੁਹਾਡੀ, ਫਿਰ ਅੱਜ ਸ਼ਾਮ ਨੂੰ ਸੀਗੀ। ਇਹ ਤਾਂ ਗਾਂ ਹੁਣ ਵੇਖੋ ਵੀ ਕੀ ਹੁੰਦਾ, ਅੱਗੇ ਜਾ ਕੇ ਪਤਾ ਲੱਗੇਗਾ। ਸਰਕਾਰ ਨੇ ਕਿਹਾ ਕਿ ਤੁਸੀਂ ਆਪਣੀ 26 ਜਨਵਰੀ ਦੀ ਤਿਆਰੀ ਕਰੋ, ਅਸੀਂ ਆਪਣੀ 26 ਬਿਲਕੁਲ ਸਾਡੀ 26 ਜਨਵਰੀ ਸਾਡੀ ਤਿਆਰੀ ਆਪਣੀ ਹੋਏਗੀ ਸਰਕਾਰ ਦੀ। ਲੱਗਦਾ ਕਿ ਦਿੱਲੀ ਅੱਜ ਮੰਨ ਜਾਏਗੀ। ਗੱਲਬਾਤ ਕਿਵੇਂ ਸ਼ੁਰੂ ਹੋਏਗੀ ਇਹ ਦੱਸੋ, ਗੱਲਬਾਤ ਦੁਬਾਰਾ ਕਿਵੇਂ ਸ਼ੁਰੂ ਹੋਏਗੀ? ਇਹ ਤਾਂ ਸਰਕਾਰ ਨੇ ਸੋਚਣਾ ਹੈ, ਅਸੀਂ ਤਾਂ ਆਪਣੀਆਂ ਗੱਲਾਂ ਤੇ ਆ। ਸਰਕਾਰ ਦੇ ਸੱਦੇ ਦੀ ਉਡੀਕ ਕਰੋਗੇ? ਸਰਕਾਰ ਨੇ ਕਰਨਾ, ਅਸੀਂ ਸਰਕਾਰ ਤੇ ਆਪਣੀਆਂ ਮੰਗਾਂ ਲੈ ਕੇ ਇੱਥੇ ਬੈਠੇ ਹਾਂ, ਹੁਣ ਗਾ ਸਰਕਾਰ ਦੇ ਜੁਮੇ ਕਿ ਧਮਕੀਆਂ ਵਾਲੇ ਫੋਨ ਆ ਰਹੇ ਨੇ ਕਿਸਾਨ ਆਗੂ, ਉਹਦੇ ਬਾਰੇ ਕੋਈ ਹੋਈ ਗੱਲ ਤੁਸੀਂ ਧਮਕੀਆਂ ਚੋਂ ਸਪਸ਼ਟ ਗੱਲ ਆ ਜੋ ਸਾਰੇ ਨੂੰ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ, ਆ ਕੁਝ ਸਪਸ਼ਟ ਹੈ ਕਿ ਚਰਚਾਵਾਂ ਹੁੰਦੀਆਂ, ਕੋਈ ਫਾਇਦਾ ਨਹੀਂ ਹੋਇਆ ਤੱਕ, ਚਰਚਾਵਾਂ ਜ਼ਰੂਰ ਹੁੰਦੀਆਂ ਬਹੁਤ, ਸਿੱਟਾ ਕੋਈ ਨਹੀਂ ਨਿਕਲਦਾ। ਸਿੱਟਾ ਤਾਂ ਤਾਂ ਕੱਢਿਆ ਨਾ ਜੇ ਸਰਕਾਰ ਕਿਸਾਨਾਂ ਦੇ ਪ੍ਰਤੀ ਕੋਈ ਹਮਦਰਦੀ ਰਾਜ ਦੇਵੇ। 11ਵੀਂ ਮੀਟਿੰਗ ਹੋਈ ਆ, ਐਨਆਈ ਦਾ ਸਿੱਟਾ ਕੁਝ ਨਹੀਂ ਨਿਕਲਿਆ, ਤੁਹਾਡਾ ਕੋਈ ਸਿੱਟਾ ਨਹੀਂ ਨਿਕਲਿਆ, ਕੀ ਲੱਗਦਾ ਤੁਹਾਨੂੰ, ਕੇਵਲ ਚਰਚਾਵਾਂ ਹੀ ਹੁੰਦੀਆਂ ਰਹਿਣਗੀਆਂ ਇੱਥੇ? ਇੱਥੇ ਪਤਾ ਨਹੀਂ ਅੱਗੇ ਕੀ ਹੋਵੇਗਾ, ਇਹ ਤਾਂ ਵੇਖੋ ਸਰਕਾਰ ਦੀ ਨੀਅਤ ਤੇ ਨੀਤੀ ਕੀ ਆ, ਜਿਹਦੇ ਬਾਰੇ ਮੈਂ ਸਪਸ਼ਟ ਪਹਿਲਾਂ ਦੱਸ ਚੁੱਕਾ ਹਾਂ। ਕੋਈ 26 ਤਰੀਕ ਦੇ ਮੁੱਦੇ ਦੇ ਉੱਤੇ ਵੀ ਜਾ, ਕੋਈ ਵੇਖੋ ਐਮਐਸਪੀ ਦੀ ਕਾਦੀ ਹੋਣੀ, ਕੁਝ ਵੀ ਨਹੀਂ ਆ। ਬਿਲਕੁਲ ਅੰਦਰ ਗੱਲ ਕੀਤੀ, ਜਿਹੜੀਆਂ ਟੈਲੀਫੋਨ ਤੇ ਧਮਕੀਆਂ ਆ ਰਹੀਆਂ ਨੇ ਉਹਨਾਂ ਦੀ ਵੀ ਗੱਲ ਅੰਦਰ ਕੀਤੀ, ਸਾਰੀ ਗੱਲ ਕੀਤੀ ਆ। ਪਰ ਜਦੋਂ ਸਰਕਾਰ ਕਿਸੇ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਤੇ ਫਿਰ ਉੱਥੇ ਗੱਲ ਕਰ। ਫੁੱਲ ਸਾਹਿਬ ਕੀ ਗੱਲਬਾਤ? 26 ਨੂੰ ਅਸੀਂ ਵੀ ਤਿਆਰੀਆਂ ਸਾਡੀਆਂ ਰਹੀਆਂ, ਤੁਸੀਂ ਵੀ ਕਰ ਲਓ। ਹਾਂਜੀ ਹਾਂਜੀ ਬਿਲਕੁਲ, ਵੀ ਉਹ ਜਿਹੜਾ ਪਹਿਲਾਂ ਤਾਂ ਜਿਹੜਾ ਉਹਨਾਂ ਨੇ ਸੀਗਾ ਵੀ ਜਿਹੜਾ ਪ੍ਰਸਤਾਵ ਸੀਗਾ ਅਸੀਂ ਰੱਦ ਕੀਤਾ ਸੀਗਾ, ਉਹਦੇ 'ਤੇ ਉਹਨਾਂ ਨੇ ਕਿਹਾ ਵੀ ਅਸੀਂ ਉਸ ਪ੍ਰਸਤਾਵ 'ਤੇ ਖੜ੍ਹੇ ਹਾਂ, ਜੇ ਉਹਨੂੰ ਮਨਜ਼ੂਰ ਹੈ ਤਾਂ ਉਹਦੇ 'ਤੇ ਆਪਾਂ ਡਰਾਫਟ ਤਿਆਰ ਕਰਕੇ ਉਹਨੂੰ ਅੱਗੇ ਸੁਪਰੀਮ ਕੋਰਟ ਦੇ ਵਿੱਚ ਐਡਵਾਂਸ ਕਰ ਲਾਂਗੇ, ਉਹਨੂੰ ਅੱਗੇ ਤੋਰ ਲਾਂਗੇ। ਜੇ ਤੁਹਾਨੂੰ ਨਹੀਂ ਮਨਜ਼ੂਰ ਫਿਰ ਕੋਈ ਮੀਟਿੰਗ ਦੀ ਲੋੜ ਨਹੀਂ, ਫਿਰ ਤੁਸੀਂ ਆਪਦੀਆਂ, ਤੁਹਾਡਾ ਰਸਤਾ ਸਾਡਾ ਆਪਦਾ ਰਸਤਾ। ਇੱਕ ਹਿਸਾਬ ਨਾਲ ਉਹਨਾਂ ਦੇ ਸਰਕਾਰ ਵੱਲੋਂ ਇਹ ਗੱਲਬਾਤ ਦੀ ਜਿਹੜੀ ਅਗਲੀ ਮੀਟਿੰਗ ਨਹੀਂ ਕੋਈ ਤੈਅ ਹੋਈ, ਗੱਲਬਾਤ ਸਾਡੇ ਹਿਸਾਬ ਨਾਲ ਟੁੱਟ ਗਈ ਹੈ। ਇਹ ਤਾਂ ਮਤਲਬ ਵੀ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੀ ਆ, ਮਤਲਬ ਕਿ ਕੋਈ ਅਨਸਖਾਂ ਵੀ ਘਟਨਾ ਵਾਪਰ ਸਕਦੀ ਹੈ, ਉਹ ਕਹਿੰਦੀ ਵੀ ਤਿਆਰੀਆਂ ਤੁਸੀਂ ਕਰ ਲਓ ਅਸੀਂ ਵੀ ਕਰਦੇ। ਨਹੀਂ ਨਹੀਂ ਜੀ, ਤਿਆਰੀਆਂ ਦਾ ਤਾਂ ਮਤਲਬ ਵੀ ਉਹਨੂੰ ਆਪਣੀ ਜਿਹੜੀ ਪਰੇਡ ਹੈ ਉਹਨੂੰ ਤਿਆਰੀ ਦਾ ਮਤਲਬ ਐਂ ਤਾਂ ਨਹੀਂ ਵੀ ਕੁੱਟਣ ਦੀ ਖਾਤਰ ਹੀ ਤਿਆਰੀਆਂ ਹੁੰਦੀਆਂ,
ਉਹਦੇ ਸਾਰੇ ਮੈਨੇਜ ਕਿਵੇਂ ਕਰਨਾ, ਉਹਨੂੰ ਸਾਰਾ ਕੰਟਰੋਲ ਕਿਵੇਂ ਕਰਨਾ, ਉਹਨੂੰ ਸਾਰੇ ਨੂੰ ਜਾਬਤਾਬਾਦ ਢੰਗ ਨਾਲ ਨਿਪਟਾਉਣਾ ਕਿਵੇਂ, ਸਾਰੀਆਂ ਗੱਲਾਂ ਤਿਆਰੀਆਂ 'ਚ ਹੁੰਦੀਆਂ। ਉਹਨਾਂ ਨੇ ਜਿਹੜੀ 26 ਜਨਵਰੀ ਦੀਆਂ ਤਿਆਰੀਆਂ ਕਰਨੀਆਂ, ਅਸੀਂ ਜਿਹੜੀਆਂ ਆਹ ਪਰੇਡ ਹੈ ਉਹਦੀਆਂ ਤਿਆਰੀਆਂ ਕਰ। ਮੀਟਿੰਗ ਹੋਈ ਆ 25 ਮਿੰਟ ਕਹਿੰਦੇ, ਮੇਰੇ ਹਿਸਾਬ ਨਾਲ 25 ਮਿੰਟ ਅੱਧਾ ਘੰਟਾ ਪਹਿਲਾਂ ਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਲੋ, ਅਤੇ ਅੱਧਾ ਪੌਣਾ ਘੰਟਾ ਮਗਰੋਂ ਉਹਨਾਂ ਨੂੰ ਸਾਰੇ ਐਂ ਸਮਝ ਲਓ ਵੀ ਹੈ 40-40 ਮਿੰਟ ਕਹਿ ਸਕਦੇ ਆ ਵੀ ਜਿਹੜੀਆਂ ਇੱਧਰੋਂ ਉੱਠ ਕੇ ਹੋ ਗਿਆ ਪਹਿਲਾਂ, ਬਿਲਕੁਲ ਬਿਲਕੁਲ ਬੇਸਿੱਟਾ ਰਹੀ ਹੈ, ਕੋਈ ਵੀ ਸਿੱਟਾ ਉੱਠ ਕੇ ਗਿਆ ਪਹਿਲਾਂ। ਹਾਂ